ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਦੇ ਜਿਹੜੇ ਜਨਮ ਦਿਵਸ ਨੂੰ ਸੰਬੰਧਿਤ ਉਹਨਾਂ ਨੂੰ ਸਮਰਪਿਤ ਅੱਜ ਪੱਗਾਂ ਦਾ ਲੰਗਰ ਲਾਇਆ ਗਿਆ ਵਿਸ਼ੇਸ਼ ਰੂਪ ਵਿੱਚ ਬਾਬਾ ਦੀਪ ਸਿੰਘ ਦੇ ਸਥਾਨਾਂ 'ਤੇ ਮਾਡਲ ਟਾਊਨ ਵਿਖੇ। ਅਤੇ ਪੱਗਾਂ ਦੇ ਨਾਲ ਨਾਲ ਪੱਗਾਂ ਬੰਨ੍ਹਣ ਵਾਲੇ ਟ੍ਰੇਨਡ ਮਾਸਟਰ ਵੀ ਲੈ ਕੇ ਆਉਂਦੇ ਨੇ। ਸਭ ਤੋਂ ਪਹਿਲੀ ਜਿਹੜੀ ਦਸਤਾਰ ਆ ਮੈਂ ਆਪਣੇ ਵੱਡੇ ਵੀਰ ਪੱਪੀ ਪਰਾਸ਼ਰ ਜਿਹੜੇ MLA ਸੈਂਟਰ ਨੇ ਉਹਨਾਂ ਨੂੰ ਸਜਾਈ ਆ। ਇਹਦੇ ਪਿੱਛੇ ਇੱਕ ਕਾਰਨ ਹੈ ਕਿ ਜਿਹੜੇ ਧਰਮ ਦੇ ਨਾਂ 'ਤੇ ਵੰਡੀਆਂ ਪਾਉਂਦੇ ਨੇ ਉਹਨਾਂ ਲਈ ਇੱਕ ਮੈਸੇਜ ਦਿੱਤਾ ਗਿਆ ਤਾਂ ਕਿ ਵੀ ਸਾਡਾ ਹਿੰਦੂ ਸਿੱਖ ਮੁਸਲਮਾਨ ਅਤੇ ਇਸਾਈਆਂ 'ਚ ਕੋਈ ਫਰਕ ਨਹੀਂ। ਇਹ ਅੱਜ ਸਾਰਿਆਂ ਦੇ ਇੱਕ ਇੱਕ ਪਿੰਨ ਮਾਰ ਕੇ ਚਾਰ ਤਬਕੇ ਲਹੂ ਦੇ ਡੋਲ ਦਿੰਦੇ ਹਾਂ, ਉਹਦੇ ਵਿੱਚੋਂ ਜੇ ਕੋਈ ਪਛਾਣ ਲਵੇ ਕਿ ਇਹਦੇ ਵਿੱਚੋਂ ਕਿਹੜਾ ਹਿੰਦੂ ਦਾ ਕਿਹੜਾ ਸਿੱਖ ਦਾ ਕਿਹੜਾ ਮੁਸਲਮਾਨ ਦਾ ਖੂਨ ਹੈ ਤਾਂ ਮੈਂ ਕਹਿੰਦਾ ਉਹਨਾਂ ਦੀ ਗੱਲ ਅਸੀਂ ਮੰਨ ਲਾਂਗੇ, ਨਹੀਂ ਤਾਂ ਸਾਡੀ ਜਿਹੜੀ ਪਰਿਵਾਰਕ ਸਾਂਝ ਹੈ ਬਾਈ ਜੀ ਨੇ ਕਿਹਾ ਵੀ ਨੌ ਮਾਸ ਦਾ ਰਿਸ਼ਤਾ ਇਹ ਕਦੇ ਟੁੱਟਣਾ ਨਹੀਂ। ਧੰਨ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਅਤੇ ਸਾਡੇ ਭਾਰਤ 'ਤੇ ਹਮੇਸ਼ਾ ਮਿਹਰ ਭਰੇ ਹੱਥ ਰੱਖਣ, ਖਾਲਸੇ ਦੇ ਨਿਸ਼ਾਨ ਆ ਜਿਹੜੇ ਇਹ ਝੂਲਦੇ ਰਹਿਣ। ਅੱਜ ਜਿਹੜੇ ਪੱਗਾਂ ਦਾ ਲੰਗਰ ਲਾਉਣ ਦਾ ਮਕਸਦ ਕੀ ਹੈ? ਪੱਗਾਂ ਦਾ ਲੰਗਰ ਲਾਉਣ ਦਾ ਮਕਸਦ ਹੈ ਵੀ ਜਿਹੜੇ ਨੌਜਵਾਨ ਤਿੱਤ ਪੁਣੇ ਵਿੱਚ ਚਲੇ ਗਏ ਨੇ, ਦਾੜੀ ਕੇਸ ਕਤਲ ਕਰਦੇ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਪੱਗ ਬੰਨ੍ਹਣ ਦੀ ਆਦਤ ਪਾਈਏ। ਕਿਉਂਕਿ ਪੱਗ ਹੁਣ ਬਾਈ ਦੇਖੋ ਪੱਪੀ ਦੇ ਪੱਗ ਦਸਤਾਰ ਸਜਾਈ ਹੈ, ਚਾਹੇ ਮੇਰਾ ਹਿੰਦੂ ਭਰਾ ਹੈ, ਕਿੰਨਾ ਰੋਹਬ ਚਿਹਰੇ ਦੇ ਉੱਤੇ ਨੂਰ ਕਿਸ ਤਰ੍ਹਾਂ ਆਉਂਦਾ। ਇਸੇ ਤਰ੍ਹਾਂ ਉਹਨਾਂ ਨੌਜਵਾਨਾਂ ਨੂੰ ਅੱਜ ਸੇਧ ਦੇਣੀ ਆ ਵੀ ਤੁਸੀਂ ਵੀ ਦਸਤਾਰਾਂ ਸਜਾਓ, ਦਾੜੀ ਕੇਸ ਜਦੋਂ ਮਰਜ਼ੀ ਰੱਖ ਲਿਓ ਪਰ ਦਸਤਾਰ ਸਜਾਉਣ ਲੱਗੋ। ਕਿਉਂਕਿ ਸਾਡਾ ਅਮੀਰ ਵਿਰਸਾ ਦਸਤਾਰ ਜਿਹੜੀ ਸਾਡੀ ਸ਼ਾਨ ਆ, ਇਹਨੇ ਇਹਦੀ ਸ਼ਾਨ ਸਦਾ ਉੱਚੀ ਰੱਖਣੀ ਹੈ। ਇਹਨਾਂ ਲੋਕਾਂ ਨੂੰ, ਇਹਨਾਂ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਅਸੀਂ ਅੱਜ ਇੱਕ ਮੈਸੇਜ ਦੇ ਰੂਪ ਵਿੱਚ ਜਿਹੜਾ ਦਸਤਾਰਾਂ ਦਾ ਲੰਗਰ ਲਾਇਆ, 2019 'ਚ ਵੀ ਲਾਇਆ ਸੀ ਅਤੇ ਅੱਜ 4 ਸਾਲ ਬਾਅਦ ਬਾਬਾ ਦੀਪ ਸਿੰਘ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਲਾਇਆ। ਅਤੇ ਮੈਂ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਜਿਹੜਾ ਸਿੱਖ ਨੌਜਵਾਨ ਤਿੱਤ ਪੁਣੇ ਵੱਲ ਚਲੇ ਗਿਆ ਉਹ ਸਿੱਧੇ ਰਾਹ 'ਤੇ ਆ ਕੇ ਸਮਾਜ ਦੀ ਉੱਨਤੀ ਅਤੇ ਤਰੱਕੀ ਦੀ ਸੇਵਾ ਕਰਨ। ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਇੱਕ ਨਵੀਂ ਸੇਧ ਦਿੱਤੀ ਆ, ਰਾਜਨੀਤੀ ਦੇ ਮਾਇਨੇ ਬਦਲੇ ਨੇ, ਸੇਵਾ ਦੇ ਰੂਪ ਵਿੱਚ ਇਹਨੂੰ ਜਿਹੜੀ ਆਪਣੀ ਡਿਊਟੀ ਨਿਭਾ ਰਹੇ। ਧੰਨਵਾਦ। ਧੰਨ ਧੰਨ ਬਾਬਾ ਦੀਪ ਸਿੰਘ ਦਾ ਪਾਵਨ ਦਿਹਾੜਾ ਆ ਰਿਹਾ ਪੂਰੇ ਭਾਰਤ ਵਰਸ਼ 'ਚ, ਪੰਜਾਬ ਦੇ ਅੰਦਰ ਔਰ ਪੂਰੇ ਦੇਸ਼ ਦੇ ਅੰਦਰ। ਧੰਨ ਧੰਨ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈ ਕੇ ਸਮਾਜ ਔਰ ਕੌਮਾਂ ਦੀ ਸੇਵਾ ਕਰਨਾ, ਉਹ ਇੱਥੋਂ ਵਿੱਦਿਆ ਮਿਲਦੀ ਆ। ਅੱਜ ਛੋਟੇ ਭਾਈ ਕੁਲਵੰਤ ਸਿੰਘ ਸਿੱਧੂ ਨੇ, ਇਹਨਾਂ ਦੇ ਨਾਲ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਨੇ, ਸਤਿਕਾਰਯੋਗ ਮੇਰੀਆਂ ਭੈਣਾਂ ਵੀ, ਮਾਵਾਂ ਵੀ, ਬਜ਼ੁਰਗ ਵੀ, ਸਾਰਿਆਂ ਨੇ ਅੱਜ ਇਹ ਗੁਰੂ ਦੇ ਲੜ ਲੱਗ ਕੇ ਇੱਥੇ ਅੱਜ ਪੱਗਾਂ ਦਾ ਲੰਗਰ ਲਾਇਆ। ਗੁਰੂ ਇਸੇ ਤਰ੍ਹਾਂ ਹੀ ਕਿਰਪਾ ਬਣਾ ਕੇ ਰੱਖੇ, ਅਸੀਂ ਸਮਾਜ ਔਰ ਆਪਣੇ ਇਲਾਕੇ ਦੀ ਔਰ ਪੂਰੇ ਪੰਜਾਬ ਦੀ ਇਸੇ ਤਰ੍ਹਾਂ ਹੀ ਸੇਵਾ ਕਰਾਂਗੇ। ਸਾਡੀ ਸ਼ਾਨ ਆ, ਸਾਡੀ ਮਾਣ ਆ ਸਾਨੂੰ ਇਹ ਪੱਗ ਦੇ ਉੱਤੇ ਜੋ ਅੱਜ ਸਾਨੂੰ ਇੱਥੇ ਸਜਾਈ ਗਈ ਹੈ। ਇਹ ਪੱਗਾਂ ਦਾ ਮਾਣ ਹਮੇਸ਼ਾ ਉੱਚਾ ਰਿਹਾ, ਉੱਚਾ ਹੀ ਰਹਿਣਾ ਵਾ। ਇਹਦਾ ਨੌ ਤੇ ਮਾਸ ਦਾ ਰਿਸ਼ਤਾ ਵਾ, ਇਹਦੇ ਵਿੱਚ ਕੋਈ ਸਮਾਜ ਨੂੰ ਕਹਿਣ ਦੀ ਲੋੜ ਨਹੀਂ ਗੀ। ਇਹ ਗੁਰੂ ਮਹਾਰਾਜ ਨੇ, ਸਾਡੇ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਨੇ
ਜੋ ਆਪਣਾ ਵੰਸ ਸਵਾਰ ਕੇ ਸਮਾਜ ਔਰ ਦੇਸ਼ ਨੂੰ ਦਿੱਤਾ ਵਾ, ਉਹ ਦੁਨੀਆਂ ਦੇ ਅੰਦਰ ਕੋਈ ਹੋਰ ਦਾਨੀ ਨਹੀਂ ਜੰਮਿਆ ਮਾਂ ਦਾ ਲਾਲ, ਉਹ ਇੱਕੋ ਹੀ ਸੀਗਾ 1,25,000 ਨਾਲ ਇੱਕ ਲੜਾਉਣ ਵਾਲਾ, ਉਹ ਸਾਰੀ ਉਹਦੀ ਕਿਰਪਾ ਵਾ। ਇਹ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ 9 ਮਾਸ ਦੇ ਰਿਸ਼ਤੇ ਆ, ਹਿੰਦੁਸਤਾਨ ਦਾ ਗੁਲਦਸਤਾ ਵਾ।